अजीत बैबल टीवी की टीम वालों आप जी का स्वागत है। सारिआं नूं प्यार भरी सत श्री अकाल। अज असीं पहुंचे हाँ पिंड नूरपुर दे विच, जिथे किसानां दे वल्लों जोरदार संघर्ष किया जा रहा ते केंद्र सरकार वल्लों पास किए तीन खेती विरोधी कानूनां दी विरोधता की जा रही है ते नारेबाजी की जा रही है। किसानां वल्लों पिंड नूरपुर दे जिहड़े जियो दे टावर का कनैक्शन कट्टिया गया, इस तरह चक वैलकां दे विच जियो दे कनैक्शन कट्टे गए आ ते होर पिंडां दे विच कामा खटखट कलां दे विच भी जियो दे कनैक्शन कट्टे गए आ। किसानां दे विच दिनों दिन रोस पाया जा रहा कि जिहड़े केंद्र सरकार आ उह खेती विरोधी कानूनां नूं रद्द नहीं कर रही, नित दिन बहाने घट रही आ। ते आओ असीं तुहानूं दिखा रहे हां किसानां दे विच किस तरह रोस पाया जा रहा और वह नारेबाजी कर रहे हैं। किसान यूनियन के जुझारू वर्करां वल्लों अज पिंड नूरपुर दे विच उस तो बाद हुण चक बैलगां दे विच जिहड़ा जियो दा टावर लग्गा सी उन्हूं बंद कर दिता गया जी। ये टावर उन्ना चिर जियो कंपनी का मुकम्मल बाइकाट रहूगा जिन्ना चिर साडे खेती बिल वापस नहीं लए जांदे, ते उन्ना चिर ये जिहड़े जियो दे टावर सिर्फ एक खाली डब्बे दे तौर ते खेतां दे विच खड़े रहणगे, इन्हां तों कोई नैटवर्क नहीं आऊगा किसी भी सिम ते। ये किसान यूनियन का दावा है जी। साडी पूरी टीम हुण इलाके दे वख-वख पिंडां दे विच होर भी जिहड़े जियो दे टावर लगे आ उन्हां नूं बंद करूगी जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੂਰਪੁਰ ਦੇ ਵਿੱਚ ਖੜ੍ਹੇ ਹਾਂ ਜਿੱਥੇ ਕਿ ਖੇਤਾਂ ਦੇ ਵਿੱਚ ਜੀਓ ਦਾ ਟਾਵਰ ਲੱਗਾ ਹੋਇਆ ਸੀ। ਸਾਡਾ ਜਿਹੜਾ ਝਮੇਲਾ ਕਿਸਾਨ ਯੂਨੀਅਨ ਦਾ ਰਿਲਾਇੰਸ ਕੰਪਨੀ ਦੇ ਨਾਲ ਪਿਆ ਹੋਇਆ ਆ, ਇਸ ਕਰਕੇ ਅਸੀਂ ਜੀਓ ਦੇ ਹਰ ਪ੍ਰੋਡਕਟ ਦਾ ਬਾਈਕਾਟ ਕਰਦੇ ਹਾਂ। ਅਤੇ ਇਸ ਦੇ ਚੱਲਦੇ ਤਹਿਤ ਅਸੀਂ ਅੱਜ ਨੂਰਪੁਰ ਦੇ ਵਿੱਚ ਜੀਓ ਦਾ ਜਿਹੜਾ ਟਾਵਰ ਲੱਗਾ ਸੀ ਉਹਦੀ ਬੱਤੀ ਬੰਦ ਕਰ ਦਿੱਤੀ ਆ, ਅਤੇ ਉਨਾ ਚਿਰ ਟਾਵਰ ਬੰਦ ਰਹੂਗਾ ਜਿੰਨਾ ਚਿਰ ਸਾਡਾ ਕੋਈ ਮਸਲਾ ਕਿਸਾਨ ਯੂਨੀਅਨ ਦਾ ਸੈਂਟਰ ਦੇ ਵਿੱਚ ਹੱਲ ਨਹੀਂ ਹੁੰਦਾ। ਇਹ ਉਨਾ ਚਿਰ ਪੱਕੇ ਤੌਰ 'ਤੇ ਜੀਓ ਦੀ ਸਿਮ ਜਾਂ ਕੋਈ ਵੀ ਹੋਰ ਰਿਲਾਇੰਸ ਦਾ ਪ੍ਰੋਡਕਟ ਜਾਂ ਪਤੰਜਲੀ ਦਾ ਪ੍ਰੋਡਕਟ ਉਹ ਬੰਦ ਰਹੂਗਾ। ਇਹ ਸਾਰਾ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਇਲਾਕੇ ਦੇ 5-7 ਪਿੰਡਾਂ ਤੋਂ ਇਕੱਠੇ ਹੋਏ ਕਿਸਾਨਾਂ ਦੇ ਸਹਿਯੋਗ ਦੇ ਨਾਲ ਇਹ ਟਾਵਰ ਨੂੰ ਬੰਦ ਕੀਤਾ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰੇ ਦੀ ਫਤਿਹ। ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅੱਜ 32 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਜਿਹੜਾ ਪੰਜਾਬ ਭਰ ਦੇ ਵਿੱਚ ਪਹਿਲਾਂ ਰੇਲਵੇ ਟਰੈਕ ਰੋਕੇ ਗਏ, ਉਸ ਤੋਂ ਬਾਅਦ ਦਿੱਲੀ ਚਲੋ ਦਾ ਨਾਰਾ ਦਿੱਤਾ ਗਿਆ। ਅੱਜ ਦਿੱਲੀ ਚਲੋ ਦੇ ਆਧਾਰ ਤੇ ਲਗਭਗ 30 ਦਿਨ ਹੋ ਗਏ ਆ ਜਿਹੜੇ ਕਿ ਸਾਰੀ ਦਿੱਲੀ ਨੂੰ ਘੇਰੀ ਬੈਠੇ ਸਿੰਘੂ ਬੈਰੀਅਰ, ਟਿਕਰੀ ਬੈਰੀਅਰ ਤੇ ਬਾਕੀ ਜਿਹੜੇ ਹੋਰ ਵੀ ਸੀਗੇ। ਹੁਣ ਉਸੇ ਤਹਿਤ 32 ਕਿਸਾਨ ਜਥੇਬੰਦੀਆਂ ਵੱਲੋਂ ਇਹ ਸੱਦਾ ਦਿੱਤਾ ਗਿਆ ਕਿ ਜਿੰਨੇ ਜੀਓ ਦੇ ਟਾਵਰ ਨੇ, ਜੀਓ ਦੇ ਔਰ ਰਿਲਾਇੰਸ ਪਲੱਸ ਇਹਨਾਂ ਦੇ ਨਾਲ ਜਿਹੜੇ ਕਿ ਅਡਾਨੀ ਅੰਬਾਨੀ ਦੇ ਜਿੰਨੇ ਵੀ ਮੌਲ ਨੇ ਉਹ ਸਾਰਿਆਂ ਨੂੰ ਬੰਦ ਕੀਤਾ ਜਾਵੇ। ਉਸ ਦੇ ਤਹਿਤ ਅੱਜ ਪਿੰਡ ਨੂਰਪੁਰ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਔਰ ਸਾਰੇ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਵੱਲੋਂ ਜੀਓ ਦਾ ਟਾਵਰ ਜਿਹੜਾ ਉਹ ਬੰਦ ਕੀਤਾ ਗਿਆ, ਉਹਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਇਹ ਨਾ ਚਲਾਇਆ ਜਾਵੇ। ਔਰ ਅਸੀਂ ਸਾਰੇ ਲੋਕਾਂ ਨੂੰ, ਸਾਰੇ ਹੀ ਕਿਸਾਨ ਸਾਥੀਆਂ ਨੂੰ ਪਲੱਸ ਹੋਰ ਆਮ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੀਓ ਦੀਆਂ ਸਿੰਮਾਂ ਦਾ ਬਾਈਕਾਟ ਕੀਤਾ ਜਾਵੇ, ਉਹਨਾਂ ਦੀਆਂ ਜੀਓ ਦੀਆਂ ਸਿੰਮਾਂ ਨੂੰ ਤੋੜ ਕੇ ਉਹਦਾ ਬਾਈਕਾਟ ਕੀਤਾ ਜਾਵੇ। ਉਸ ਦੇ ਨਾਲ ਹੀ ਅਸੀਂ ਸਾਰੇ ਕਿਸਾਨਾਂ ਨੂੰ ਜਿਹੜੇ ਕਿ ਹਜੇ ਵੀ ਸੁੱਤੇ ਪਏ ਨੇ, ਜਾਗਦੀ ਜ਼ਮੀਰ ਵਾਲੇ ਕਿਸਾਨਾਂ ਨੂੰ ਬੇਨਤੀ ਹੈ ਕਿ ਉਹ ਦਿੱਲੀ ਚੱਲਣ, ਇੱਕ ਵਾਰੀ ਜਾ ਕੇ ਆਉਣ, ਦੋ ਵਾਰ ਜਾ ਕੇ ਆਉਣ ਔਰ ਦਿੱਲੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣ। ਉਸ ਦੇ ਨਾਲ ਨਾਲ ਜਿਹੜੇ ਬੰਦੇ ਨਹੀਂ ਦਿੱਲੀ ਜਾ ਸਕਦੇ, ਸਾਡੇ ਕਿਸਾਨ ਵੀਰ, ਮਜ਼ਦੂਰ ਵੀਰ, ਉਹ ਜਿੱਥੇ ਵੀ ਕਿਸਾਨ ਜਥੇਬੰਦੀਆਂ ਦਾ ਪੰਜਾਬ ਦੇ ਵਿੱਚ ਕੋਈ ਪ੍ਰੋਗਰਾਮ ਜਾਂ ਸੱਦਾ ਆਉਂਦਾ ਹੈ ਉਹਦੇ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ। ਇਹੀ ਸਾਡੀ ਸਾਰੇ ਕਿਸਾਨ ਜਥੇਬੰਦੀਆਂ ਵੱਲੋਂ ਸਾਰੇ ਲੋਕਾਂ ਨੂੰ ਅਪੀਲ ਆ, ਜਿੱਥੇ ਵੀ ਟੋਲ ਪਲਾਜ਼ੇ 'ਤੇ ਬੈਠੇ ਆ, ਟੋਲ ਪਲਾਜ਼ੇ ਫਰੀ ਕੀਤੇ ਹੋ ਆ, ਉੱਥੇ ਵੀ ਪਹੁੰਚਣ ਵੱਧ ਤੋਂ ਵੱਧ। ਧੰਨਵਾਦ। ਹੁਣ 2-3 ਨਾਰੇ ਮੈਂ ਲਾਊਂਗਾ। ਸਾਰੇ ਹੀ ਸਾਥੀਆਂ ਨੂੰ ਬੇਨਤੀ ਆ ਕਿ ਉਹ ਜ਼ਰੂਰ ਇਸ ਦਾ ਜਵਾਬ ਦੇਣ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, 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 ਕਿਸਾਨ ਮਜ਼ਦੂਰ।
ਏਕਤਾ ਜਿੰਦਾਬਾਦ ਕੇਂਦਰ ਦੀ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਤਿੰਨੇ ਕਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਤਿੰਨੇ ਕਾਲੇ ਕਾਨੂੰਨ ਵਾਪਸ ਲਓ ਵਾਪਸ ਲਓ ਵਾਪਸ ਲਓ ਇਨਕਲਾਬ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਾਰਪੋਰੇਟ ਘਰਾਣੇ ਮਰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ 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 ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈੱਬ ਟੀ ਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀ ਵੀ ਦੇ ਉੱਤੇ ਵੀ ਵੇਖ ਸਕਦੇ ਹੋ ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ